ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਜੋਤ ਕੌਰ, ਮੈਂ ਗਵਰਨਮੈਂਟ ਹਾਈ ਸਕੂਲ 10th ਕਲਾਸ ਦੀ ਸਟੂਡੈਂਟ ਹਾਂ। ਮੈਨੂੰ ਡਾਂਸ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ। ਮੈਂ ਬਚਪਨ ਤੋਂ ਹੀ ਡਾਂਸ ਕਰਦੀ ਹਾਂ। ਮੈਂ ਸਕੂਲ ਲੈਵਲ, ਸਟੇਟ ਲੈਵਲ ਹਰੇਕ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦੀ ਹਾਂ। ਮੈਂ ਪਾਰਟੀਸਪੇਟ ਕਰਨ ਤੋਂ ਬਾਅਦ ਮੈਂ ਕੰਪੀਟੀਸ਼ਨ ਜਿੱਤ ਕੇ ਜਦੋਂ ਘਰ ਆਉਂਦੀ ਹਾਂ ਤਾਂ ਮੇਰੇ ਪੇਰੈਂਟਸ ਨੂੰ ਮੇਰੇ 'ਤੇ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਔਰ ਬਹੁਤ ਨਾਜ਼ ਕਰਦੇ ਨੇ ਮੇਰੇ 'ਤੇ ਕਿ ਮੈਂ ਆਪਣਾ ਟੈਲੈਂਟ ਦੁਨੀਆ ਨੂੰ ਦਿਖਾਉਂਦੀ ਹਾਂ। ਮੈਨੂੰ ਬਚਪਨ ਤੋਂ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਮੈਂ ਹਰੇਕ ਟਾਈਮ ਡਾਂਸ ਕਰਦੀ ਹਾਂ। ਮੈਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਹੈ। ਮੈਂ ਜਦ ਵੀ ਰੋਟੀ ਖਾਂਦੀ ਹਾਂ, ਕੋਈ ਹੋਰ ਕੰਮ ਕਰਦੀ ਹਾਂ, ਮੈਂ ਹਮੇਸ਼ਾ ਗਾਣੇ ਸੁਣਦੀ ਹਾਂ ਅਤੇ ਮੈਂ ਡਾਂਸ ਕਰਦੀ ਰਹਿੰਦੀ ਹਾਂ, ਜਿਹਦੇ ਕਰਕੇ ਮੈਨੂੰ ਮੇਰੇ ਪੇਰੈਂਟਸ ਵੀ ਬਹੁਤ ਰੋਕਦੇ ਨੇ ਕਿ ਤੂੰ ਸਟੱਡੀਜ਼ 'ਤੇ ਧਿਆਨ ਦੇ, ਹਜੇ ਤੇਰਾ ਸਟੱਡੀ ਦਾ ਟਾਈਮ ਆ। ਬਟ ਮੈਂ ਆਲਵੇਜ਼ ਡਾਂਸ ਕਰਦੀ ਹਾਂ ਕਿਉਂਕਿ ਮੈਨੂੰ ਡਾਂਸ ਬਹੁਤ ਪਸੰਦ ਹੈ। ਮੈਂ ਬੜੀ ਹੋ ਕੇ ਡਾਂਸਰ ਬਣਨਾ ਚਾਹੁੰਦੀ ਹਾਂ ਤਾਂ ਕਿ ਮੈਂ ਅੱਗੇ ਹੋਰ ਜਾਣਿਆਂ ਨੂੰ ਡਾਂਸ ਸਿਖਾ ਸਕਾਂ। ਮੈਂ ਹੋਰ ਟੈਲੈਂਟ ਪੈਦਾ ਕਰਾਂ ਕਿ ਹੋਰ ਜਿਹੜੇ ਨਹੀਂ ਸਿੱਖ ਪਾਉਂਦੇ ਮੈਂ ਉਹਨਾਂ ਨੂੰ ਸਿਖਾਉਣਾ ਚਾਹੁੰਦੀ ਹਾਂ। ਮੈਂ ਬੜੀ ਹੋ ਕੇ ਡਾਂਸਰ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਹਾਂ। ਮੈਨੂੰ KKSG ਦੇ ਬਾਰੇ ਮੇਰੇ ਸਕੂਲ ਦੇ ਵਿੱਚ ਪਤਾ ਚੱਲਿਆ। ਫਸਟ ਓਡੀਸ਼ਨ ਮੈਂ ਟੈਗੋਰ ਸਕੂਲ ਦੇ ਵਿੱਚ ਦਿੱਤਾ ਸੀ। ਮੈਂ ਫਸਟ ਓਡੀਸ਼ਨ ਕਲੀਅਰ ਕਰਕੇ ਉਸ ਤੋਂ ਬਾਅਦ ਸਟੈਪ ਬਾਏ ਸਟੈਪ ਮੈਂ ਸਾਰੇ ਰਾਊਂਡ ਕਲੀਅਰ ਕੀਤੇ ਐਂਡ ਹੁਣ ਮੈਂ ਗ੍ਰੈਂਡ ਫਿਨਾਲੇ ਦੇ ਵਿੱਚ ਹਾਂ ਔਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਬਹੁਤ ਮਿਹਨਤ ਕਰਕੇ ਗ੍ਰੈਂਡ ਫਿਨਾਲੇ ਵੀ ਜਿੱਤਾਂ ਤਾਂ ਕਿ ਮੈਂ ਆਪਣਾ, ਆਪਣੇ ਪੇਰੈਂਟਸ ਦਾ, ਆਪਣੇ ਵਿਲੇਜ ਦਾ ਨਾਮ ਰੋਸ਼ਨ ਕਰਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੰਤ ਸਿੰਘ, ਪਿੰਡ ਜੰਡਿਆਲੀ ਦੇ ਰਹਿਣ ਵਾਲਾ, ਜੋ ਕਿ ਫੈਕਟਰੀ ਵਿੱਚ ਕੰਮ ਕਰਦਾ ਹਾਂ ਔਰ ਨਾਲ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਔਰ ਮੇਰੀ ਮਿਹਨਤ ਸਦਕਾ ਮੇਰੇ ਬੱਚੇ ਵੀ ਲਾਇਕ ਨੇ। ਔਰ ਇੱਕ ਦਿਨ ਬੇਟੀ ਨੇ ਮੈਨੂੰ ਆ ਕੇ ਘਰ ਕਿਹਾ ਕਿ ਮੇਰੇ ਸਕੂਲ ਦੇ ਵਿੱਚ ਕੋਈ ਟੀਮ ਆਈ ਹੈ, ਉਹਨਾਂ ਦੇ ਫੰਕਸ਼ਨ ਹੈ ਤਾਂ ਮੈਂ ਉਹ ਪਾਰਟੀਸਪੇਟ ਕਰਨਾ। ਤਾਂ ਮੈਂ ਪਹਿਲਾਂ ਕੁਛ ਯਕੀਨ ਨਹੀਂ ਕੀਤਾ, ਲੇਕਿਨ ਮੈਂ ਉੱਪਰਲੇ ਮਨ ਤੋਂ ਬੇਟੀ ਨੂੰ ਕਹਿਤਾ, ਮੈਂ ਕਿਹਾ ਕੋਈ ਨਹੀਂ ਬੇਟੇ ਤੂੰ ਪਾਰਟੀਸਪੇਟ ਕਰ ਲਾ। ਔਰ ਉਹ ਬੇਟੀ ਨੇ ਪਾਰਟੀਸਪੇਟ ਕੀਤਾ, ਗਈ, ਦੇਖਿਆ ਅਤੇ ਕੁਛ ਮੈਨੂੰ ਲੱਗਾ ਕਿ ਵਾਕਿਆ ਹੀ ਇਹ ਬੱਚਿਆਂ ਲਈ ਕੁਛ ਅੱਛਾ ਪਲੇਟਫਾਰਮ ਹੈ ਬੱਚਿਆਂ ਦੇ ਅੱਗੇ ਜਾਣ ਲਈ। ਔਰ ਪਹਿਲਾਂ ਕਲੀਅਰ ਕੀਤਾ, ਦੂਜਾ ਕਲੀਅਰ ਕੀਤਾ, ਤੀਜੀ ਵਾਰੀ ਲੁਧਿਆਣੇ ਅਸੀਂ ਗਏ ਔਰ ਪੂਰੀ ਸਟੇਜ ਪ੍ਰੋਗਰਾਮ ਦੇਖਿਆ ਔਰ ਉੱਥੇ ਪਤਾ ਲੱਗਾ ਕਿ KKHD ਵੱਲੋਂ ਇਹ ਬਹੁਤ ਵਧੀਆ ਉਪਰਾਲਾ ਬੱਚਿਆਂ ਲਈ ਕੀਤਾ ਜਾ ਰਿਹਾ, ਜਿਹੜੇ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਉੱਥੇ ਇਹ ਬੱਚਿਆਂ ਨੂੰ ਬਚਾਇਆ ਜਾਂਦਾ ਪਲੇਟਫਾਰਮ ਦੇ ਥਰੂ। ਔਰ ਬੱਚਿਆਂ ਨੂੰ ਇੱਕ ਸਪੇਸ ਮਿਲ ਗਿਆ, ਬੇਸ ਮਿਲ ਗਿਆ ਅੱਗੇ ਪਹੁੰਚਣ ਲਈ। ਔਰ ਉਹ ਬੱਚੇ ਦੇਖਿਆ ਮੈਂ ਉੱਥੇ ਜਾ ਕੇ ਵੀ ਕਿਤਨੇ
ਮੰਨ ਲਓ ਅੱਗੇ ਵੱਧ ਰਹੇ ਆ, ਔਰ ਮੈਨੂੰ ਲੱਗਦਾ ਕਿ ਇਹੋ ਜਿਹਾ ਕੋਈ ਵੀ ਪਲੇਟਫਾਰਮ ਅਗਰ ਬੱਚੇ ਨੂੰ ਮਿਲ ਜਾਂਦਾ ਤਾਂ ਅਗਰ ਬੱਚੇ ਦੇ ਵਿੱਚ ਕੁਛ ਐਵੀਡੈਂਸ ਹੈਗੇ ਨੇ ਤਾਂ ਬੱਚਾ ਬਹੁਤ ਅੱਗੇ ਪਹੁੰਚ ਸਕਦਾ। ਔਰ ਮੈਂ ਥੈਂਕਸ ਟੀਮ ਦਾ ਕਰਦਾ ਬਹੁਤ ਜ਼ਿਆਦਾ ਕਿ ਜਿਨ੍ਹਾਂ ਦੇ ਉਪਰਾਲੇ ਸਦਕਾ ਸਾਡੇ ਬੱਚੇ ਦੀ ਇਹ ਕਿਸਮਤ ਖੁੱਲ੍ਹੀ ਆ। ਔਰ ਮੇਰੀ ਬੇਟੀ ਹੋਣਹਾਰ ਹੈ ਔਰ ਬੇਟੀ ਦੀ ਮਿਹਨਤ ਬਹੁਤ ਜ਼ਿਆਦਾ ਹੈ ਔਰ ਬੇਟੀ ਮਿਹਨਤ ਕਰਦੀ ਆ ਔਰ ਨਾਲ ਨਾਲ ਪੜ੍ਹਾਈ ਵੀ ਕਰਦੀ ਆ। ਪਿੱਛੇ ਉਹਦੇ ਮਦਰ ਦੇ ਪ੍ਰੋਬਲਮ ਸੀ ਔਰ ਘਰ ਦਾ ਕੰਮ ਵੀ ਕਰਦੀ ਰਹੀ। ਮੈਂ ਕਹਿੰਦਾ ਰਿਹਾ ਨਹੀਂ ਬੇਟੇ ਤੂੰ ਪੜ੍ਹਾਈ ਦਾ ਧਿਆਨ ਦੇ, ਇਹ ਤਾਂ ਬਾਅਦ 'ਚ ਵੀ ਹੋ ਜਾਏਗਾ, ਲੇਕਿਨ ਮੈਨੇਜ ਕਰ ਗਈ ਆ, ਸ਼ਾਬਾਸ਼ ਹੈ ਬੇਟੀ ਦੇ। ਔਰ ਇਸੇ ਤਰੀਕੇ ਮੈਂ ਕਹਿੰਦਾ ਇਹ ਅੱਗੇ ਵੱਧਦੀ ਰਹੇ। ਔਰ ਮੈਂ ਥੈਂਕਸ ਕਰਦਾ KKHD ਦਾ ਬਹੁਤ ਜ਼ਿਆਦਾ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਪਰਿਵਾਰ ਨੂੰ ਇੰਨਾ ਮਾਣ ਬਖਸ਼ਿਆ ਔਰ ਇਹ ਬੇਟੀ ਮੇਰੀ ਇਸ ਪਲੇਟਫਾਰਮ 'ਤੇ ਗਈ। ਮੈਂ ਹਰਜੀਤ ਕੌਰ, ਪਿੰਡ ਜੰਡਿਆਲੀ, ਨੀਅਰ ਕੁਹਾੜਾ, ਲੁਧਿਆਣਾ ਦੇ ਵਿੱਚ ਰਹਿਣ ਵਾਲੀ ਹਾਂ। ਮੇਰੀ ਬੇਟੀ ਮਨਜੋਤ ਕੌਰ ਜਿਹੜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਹੈ, 10ਵੀਂ ਕਲਾਸ ਦੇ ਵਿੱਚ ਹੈ, ਅਤੇ ਨਾਲੇ ਉਹਨੇ ਹੁਣ KKHD ਦਾ ਪ੍ਰੋਗਰਾਮ, ਜਿਹੜਾ ਟੀਮ ਇਹਨਾਂ ਦੀ KKHD ਦੀ, ਵਰੁਣ ਬੰਸਲ ਜੀ ਉਹਨਾਂ ਸਕੂਲ 'ਚ ਗਏ ਸੀ, ਇਹਨਾਂ ਪੈਪਲੇਟ ਲਿਆ ਕੇ ਮੈਨੂੰ ਦਿਖਾਇਆ ਬੱਚੀ ਨੇ ਸਕੂਲੋਂ ਦੀ। ਮੰਮਾ ਮੇਰੇ ਸਕੂਲੇ ਆਏ ਸੀ, ਮੈਂ ਇਹਨੂੰ ਹੌਸਲਾ ਦਿੱਤਾ, ਮਨਜੋਤ ਆਪਾਂ ਨੇ ਜਾਣਾ ਆ, ਪ੍ਰੋਗਰਾਮ ਕਰਨਾ ਆ, ਅਤੇ ਮੈਂ ਰਾਜ਼ੀ ਹੋ ਗਈ ਇਹਦੇ ਵਾਸਤੇ। ਫਿਰ ਜਾਣਾ ਸੀਗਾ ਇਹਨਾਂ ਨੇ ਉੱਧਰ ਟੈਗੋਰ ਸਕੂਲ ਦੇ ਵਿੱਚ ਆਡੀਸ਼ਨ ਦੇਣ ਵਾਸਤੇ। ਮੇਰੇ ਹਸਬੈਂਡ ਫੈਕਟਰੀ ਸੀਗੇ, ਉਹਨਾਂ ਨੂੰ ਫੋਨ ਕੀਤਾ ਵੀ ਆ ਕੇ ਬੇਟੀ ਨੂੰ ਛੱਡ ਗਿਆ ਉੱਥੇ, ਅਜੇ ਇਹਦਾ ਪ੍ਰੋਗਰਾਮ ਹੈਗਾ। ਉਹ ਫੈਕਟਰੀ ਆਏ ਅਤੇ ਉਹਨਾਂ ਨੇ ਦੱਸਿਆ ਬਈ ਮੈਂ ਲੈ ਕੇ ਜਾਣਾ ਅਤੇ ਮੈਂ ਆਪਣਾ ਕੰਮ ਜਾਣਾ। ਮੈਂ ਕਿਹਾ ਤੁਸੀਂ ਇਹਨਾਂ ਨੂੰ ਛੋੜ ਜਾਓ, ਲੈ ਆਪੇ ਆਉਣਗੇ, ਕਿਉਂਕਿ ਮੈਂ ਜਾ ਨਹੀਂ ਸਕਦੀ ਸੀ, ਮੇਰੇ ਸੱਟ ਲੱਗੀ ਹੋਈ ਸੀ ਇਸ ਕਰਕੇ। ਉਸ ਤੋਂ ਬਾਅਦ ਗਏ ਆਡੀਸ਼ਨ ਦਿੱਤਾ ਇਹਨਾਂ ਨੇ ਟੈਗੋਰ ਸਕੂਲ ਦੇ ਵਿੱਚ, ਉੱਥੋਂ ਦੀ ਇਹ ਸਿਲੈਕਟ ਹੋ ਗਏ, ਬੱਚੇ ਨੂੰ ਬਕਾਇਦਾ ਉੱਥੋਂ ਦੀ ਸਰਟੀਫਿਕੇਟ ਮਿਲਿਆ। ਉਸ ਤੋਂ ਬਾਅਦ ਇਹਨੇ ਸੈਕਿੰਡ ਰਾਊਂਡ ਵੀ ਇਹਦਾ ਕਲੀਅਰ ਕਰ ਲਿੱਤਾ, ਉੱਥੋਂ ਹੀ ਮੈਡਲ ਮਿਲਿਆ ਸੀ। ਥਰਡ ਰਾਊਂਡ ਫਿਰ ਇਸ਼ਮੀਤ ਇੰਸਟੀਟਿਊਟ ਦੇ ਵਿੱਚ ਲੁਧਿਆਣਾ, MBD ਮਾਲ ਦੇ ਵਿੱਚ, ਉੱਥੇ ਵੀ ਗਏ, ਉੱਥੇ ਵੀ ਇਹ ਕਲੀਅਰ ਕਰ ਗਈ ਆਪਣਾ ਸਾਰਾ, ਉੱਥੋਂ ਦੇ ਵੀ ਇਹਨਾਂ ਨੂੰ ਫਿਰ ਸਰਟੀਫਿਕੇਟ ਮੈਡਲ ਵਗੈਰਾ ਮਿਲੇ। ਹੁਣ ਇਹ ਸੈਮੀ ਫਾਈਨਲ ਵੀ ਕਰ ਚੁੱਕੀ ਹੈ ਕਲੀਅਰ, ਨਾਲੇ ਹੁਣ ਗ੍ਰੈਂਡ ਫਾਈਨਲੇ ਵਾਸਤੇ ਸਿਲੈਕਟਡ ਹੈਗੀ ਹੈ ਮੇਰੀ ਬੱਚੀ। ਹੁਣ ਸਾਨੂੰ ਇਹਨਾਂ 'ਤੇ ਫੇਥ ਹੈ ਬਈ ਟੈਲੈਂਟਡ ਹੈ ਬੱਚਿਆਂ ਦੇ ਅੰਦਰ, ਪਰ ਅਸੀਂ ਅੰਦਰ ਦਬਾ ਕੇ ਰੱਖਿਆ ਹੋਇਆ ਸੀ ਬੱਚੇ ਦਾ ਟੈਲੈਂਟ, ਅਸੀਂ ਬਾਹਰ ਨਹੀਂ ਸੀ ਉਜਾਗਰ ਹੋਣ ਦਿੰਦੇ। ਇੱਕ ਸਾਨੂੰ ਇਹਨਾਂ ਦਾ ਪਲੇਟਫਾਰਮ ਮਿਲਿਆ KKHD ਵਾਲਿਆਂ ਦਾ, ਉਸ ਤੋਂ ਬਾਅਦ ਹੁਣ ਇਹ ਅੱਗੇ ਜਾਣਾ ਚਾਹੁੰਦੀ ਹੈ ਤਾਂ ਅਸੀਂ ਇਹਨੂੰ ਰੋਕ ਨਹੀਂ ਰਹੇ ਹਾਂ ਵੀ ਅੱਗੇ ਜਾਵੇ, ਜਿੰਨਾ ਉੱਪਰ ਜਾਏਗੀ ਉਨਾ ਅੱਛਾ ਹੋਏਗਾ। ਡਾਂਸ ਆਪਣਾ ਕਰਦੇ ਰਹਿਣਾ, ਗਾਣੇ ਲਗਾ ਲੈਣੇ ਆਪਣੇ ਮੋਬਾਈਲ 'ਤੇ, ਡਾਂਸ ਇਹ ਕਰਦੀ ਰਹਿੰਦੀ ਹੈ। ਤਦ ਮੈਂ ਹੁਣ ਆਪਣਾ KKHD ਵਾਲਿਆਂ ਦਾ, ਵਰੁਣ ਬੰਸਲ ਜੀ ਦਾ ਅਤੇ KKHD ਦੀ ਪੂਰੀ ਟੀਮ ਦਾ ਥੈਂਕਸ ਕਰਦੀ ਹਾਂ ਕਿ ਮੇਰੇ ਬੱਚੇ ਨੂੰ ਇੰਨੇ ਅੱਗੇ ਜਾਣ ਦਾ ਉਤਸ਼ਾਹ। My name is Amrit Singhal. I am from district Ludhiana, VPO Jandiali, and Manjot Kaur, my sister, oh, ਬਹੁਤ ਵਧੀਆ ਭੰਗੜਾ ਕਰਦੀ ਹੈ। ਉਹ ਹਰੇਕ ਟਾਈਮ ਜਦ ਵੀ ਸਕੂਲ ਤੋਂ ਆਉਂਦੀ ਹੈ, ਟਿਊਸ਼ਨ ਤੋਂ ਆਉਂਦੀ ਹੈ, ਤਾਂ ਪ੍ਰੈਕਟਿਸ ਕਰਦੀ ਹੈ ਆਪਣੇ ਭੰਗੜੇ ਦੀ। ਜਿਸ ਟਾਈਮ ਵੀ ਉਹ ਫ੍ਰੀ ਹੁੰਦੀ ਹੈ ਉਹ ਆਪਣਾ ਭੰਗੜੇ ਦੀ ਪ੍ਰੈਕਟਿਸ ਕਰਦੀ ਹੈ, ਉਹ ਬਹੁਤ ਵਧੀਆ ਭੰਗੜਾ ਕਰਦੀ ਹੈ। KKHD ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਰੁਣ ਬੰਸਲ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ। ਉਹ ਬਹੁਤ ਵਧੀਆ ਉਪਰਾਲਾ ਇਹੋ ਜਿਹਾ ਲੈ ਕੇ ਆਏ ਨੇ, ਜਿਹੜੇ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਵੀ ਵਧੀਆ ਵਧੀਆ ਜਿਨ੍ਹਾਂ ਦੇ ਕੋਲ ਕਲਾਕਾਰੀ ਹੈਗੀ ਆ, ਭੰਗੜੇ ਦੀ ਆ, ਸਿੰਗਿੰਗ ਦੀ, ਕਿਸੇ ਵੀ ਚੀਜ਼ ਦੀ ਹੈਗੀ ਆ, ਉਹ ਉਹਨਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਕਿ ਉਹ KKHD ਵਿੱਚ ਮੌਕਾ ਲੈਣ ਅਤੇ ਭਾਗ ਲੈਣ ਅਤੇ ਆਪਣਾ ਸਾਰਾ ਟੈਲੈਂਟ ਦਿਖਾਉਣ, ਅਤੇ ਅੱਗੇ ਤੱਕ ਮੇਰੀ ਭੈਣ ਸਿਸਟਰ ਬਹੁਤ ਅੱਗੇ ਵਧੀਆ ਕਰ ਸਕਦੀ ਹੈ। ਮੈਨੂੰ ਪੂਰਾ ਭਰੋਸਾ ਆਪਣੀ ਭੈਣ 'ਤੇ ਵੀ ਅੱਗੇ ਗ੍ਰੈਂਡ ਫਾਈਨਲੇ ਔਰ ਫਾਈਨਲੇ ਵੀ ਪਾਸ ਕਰਕੇ ਅੱਗੇ ਜਾ ਸਕਦੀ ਹੈ। ਥੈਂਕਸ ਫੋਰ ਟੂ ਆਲ ਵਰੁਣ ਬੰਸਲ ਜੀ ਔਰ ਉਹਨਾਂ ਦੀ ਸਾਰੀ ਟੀਮ ਦਾ KKHD।
नीरज कुमार हैडमास्टर गौरमेंट हाई स्कूल कुआड़ा लुधियाना तो साडे स्कूल की एक बच्ची मनजोत कौर ने किसमें कितना है दम में पार्टिसिपेट किया है। ये साडे स्कूल की बहुत होनहार बच्ची है जिहड़े हर कॉम्पीटिशन च हर डांस कॉम्पीटिशन च हर एनुअल फंक्शन च या कोई भी स्कूल के फंक्शन हमेशा पार्टिसिपेट करके साडे स्कूल का बहुत बहुत जगह नाम रोशन किया है। हुण इहनूं मौका मिला डी डी पंजाबी दे एक शो किसमें कितना है दम में। मैनूं उम्मीद है कि पूरे वधिया तरीके नाल परफॉर्म करके पहला प्राइज जीतेगी और इहदे वास्ते मेरी सब शुभकामनाएं मनजोत कौर नूं और साडे स्कूल और साडे स्टाफ की तरफ से इन्हों बहुत बहुत शुभकामनावां। और मैं अंत विच धन्नवाद करना चाहुंदा वरुण बंसल जी का और सोनाक्षी बंसल जी का जिन्होंने साडे बच्चों नूं अपॉर्चुनिटी दिती है कि वह अगे बढ़ के पार्टिसिपेट करन और अपने लाइफ नूं एक सुनहरा मौका देन ताकि वह वधिया तरीके नाल अगे जाके लाइफ नूं जी सकन। मैं दोबारा डी डी पंजाबी का धन्नवाद करदा है कि उन्होंने बहुत बढ़िया उपराला किया है कि साडे बच्चों नूं मौका दिता है। धन्नवाद सहित। मैं मोनिका कपूर हिंदी मिस्टर्स सरकारी हाई स्कूल कुहाड़ा लुधियाना तो मेरी स्टूडेंट दसवीं दे विच हैगी है मनजोत। उसने किसमें कितना है दम दे विच पार्टिसिपेट किया है। बहुत ही होनहार बच्ची है हमेशा ही डांस भंगड़ा गिद्धा स्कूल लैवल डिस्ट्रिक्ट लैवल के उत्ते जाके पार्टिसिपेट करती रही है। मेरिया बहुत शुभकामनाएं दे नाल कि ये अगे तो अगे वधे ते हमेशा स्कूल का नाम रोशन करती रहे। तो नाल ही मैं किसमें कितना दम टीम का बहुत ही बहुत धन्यवाद करती हाँ कि इसने इसके टैलेंट उपर लेके आता तो इसनों मौका दिता। हूँ मैं चाहती हाँ कि हमेशा ही अगे अगे वधे तो पहला प्राइज जित के लुधियाना का नाम रोशन करे स्पैशली कुहाड़ा स्कूल का नाम बहुत उच्चा करे। जी सत श्री अकाल जी, मेरा नाम पवनदीप कौर है तो मेरी फ्रेंड मनजोत कौर जी ने किसमें कितना है दम के शो के पार्टिसपेट किया भंगड़ा कॉम्पीटिशन तो इन्हें बहुत वधिया तैयारी की आ साडे मेरी फ्रेंड है 10th बी क्लास की आ तो मेरे नाल पढ़ती आ तो मेरी बेस्ट फ्रेंड है। वैसे इन्हें भंगड़ा पार्टिसपेट किया इन्हें मैडल भी जितया है तो इन्हें बहुत वधिया तैयारी करके अगे पहुँचूगी। मैनूं लगता कि इन्हें फाइनल तो अगे भी सैमीफाइनल भी इन्हों मैडल मिलेगा। थैंक यू कल जी। मेरा नाम जियारा है तो मैं 10th क्लास में पढ़ती हाँ। मेरी फ्रेंड मनजोत आ तो पढ़न बहुत वधिया है। इन्हें गीता विच पार्टिसिपेट किया मैडल भी जितया सी। मेरी पढ़ाई से मदद करती है खेडा च भी भाग लेंदी हर चीज़ बहुत वधिया। सत श्री अकाल जी, मेरा नाम हरमनजोत कौर है। मेरी फ्रेंड मनजोत कौर ने किसमें कितना है दम विच पार्टिसिपेट किया बहुत वधिया कर रही है। वह भंगड़ा भी बहुत वधिया पा रही है। मैंने मस्ती बहुत वधिया कर रही है। सत श्री अकाल जी, मैं सतवंत सिंह गर्जा सरपंच कुहाड़ा। मैनू हेडमास्टर साहब नीरज कुमार जी ने दसिया दो दिन पहला मैं इतने आया भी लड़की मनजोत कौर साडे स्कूल की दसवीं की स्टूडेंट आ नाले पिंड जंदियाली आ एक डी डी पंजाबी दे प्रोग्राम विच पार्टिसिपेट किया। इन्हें पहला भी कई राउंड दे विच वधिया ने परफॉर्म किया। हुण इन्हें ग्रैंड फाइनल वास्ते सिलेक्ट हुई आ। उम्मीद करते हैं भी उहदे विच भी ये वधिया कारगुजारी करके वधिया अगे आऊगी ते उहदे विच सिलेक्ट होगी। उम्मीद करते हैं वधिया परफॉर्मेंस करे ते साडे स्कूल दा ते पिंड दा नाम रोशन। मैं वरुण बंसल सर जी का थैंक यू करती हाँ कि जो मैंने इन्ना वधिया प्लेटफॉर्म दिता। मैं अपना टैलेंट उन्होंने दिखाया पूरी दुनिया के विच दिखाया। थैंक यू सो मच मैनू अगे वधन दे लई इन्ना वधिया प्लेटफॉर्म देने लई। थैंक यू सो मच। किसमें कितना है दम किसमें कितना है दम किसमें कितना है दम।